ਲਓ ਵੀ ਅੰਜਮ ਹੋ ਗਿਆ ਤਿਆਰ, ਟਾਕੀ ਵਾਲਾ ਪਾ ਲਿਆ ਕੁੜਤਾ ਇਹਨੇ, ਇਹ ਕੀ ਬਣ ਗਿਆ? ਇਹ ਹੀਰੋ ਬਣ ਗਿਆ? ਇਹ ਹੀਰੋ ਆ ਜੀ, ਆ ਹੀਰੋ ਬਣਾਇਆ ਜੀ, ਆ ਬਚਤ ਆਈ ਹੈ ਜੀ। ਇੱਕ ਹੋਰ ਆਈਟਮ ਆ ਵੀ ਬੂਆ ਖੋਲ, ਬੱਕਰਾ ਤੇ ਨਹੀਂ ਵਾੜਿਆ ਵਿੱਚ? ਨਹੀਂ ਬੱਕਰਾ ਨਹੀਂ ਵਾੜਿਆ। ਮੈਂ ਕਿਹਾ ਵੇਖੋ, ਵਾਹ ਵਾਹ ਵਾਹ, ਕਮਾਲ ਨਹੀਂ ਹੋ ਗਿਆ ਇਹਦੇ? ਨਹੀਂ ਕੀ ਠੀਕ ਠਾਕ ਆ ਤੂੰ, ਕਿਤੇ ਜੂਆ ਤੇ ਨਹੀਂ ਲੱਗ ਗਿਆ? ਸ਼ੌਕ ਪਿੱਛੇ ਤਾਂ ਸਾਨੂੰ ਠਾਠ ਚ ਲੈਣ ਲੈਣ ਮੈਂ ਨੀ ਭਰਤੀ ਹੋਇਆ। ਅੱਛਾ, ਫਿਰ ਲੈਣ ਸਟੂਡੈਂਟ ਕਹਿੰਦੇ ਸੀ ਭਰਤੀ ਹੋ ਜਾ, ਉਹ ਨੀ ਹੋਇਆ, ਅਸੀਂ ਮੱਝਾਂ ਪਿੱਛੇ ਨੀ ਹੋਇਆ, ਮੱਝਾਂ ਪਿੱਛੇ। ਹਾਂ, ਉਦੋਂ ਤਾਂ ਭਰਤੀ ਹੋ ਜਾਂਦਾ, ਹੁਣ ਨੂੰ ਆਰਮੀ ਚੀਫ ਹੋਣਾ ਸੀ। ਹਾਂ ਹਾਂ, ਹੋਰ ਨੀ ਬਾਪ ਨੂੰ ਆਰਮੀ ਚੀਫ ਚੱਲਣੇ? ਬਾਬਾ ਪੁਰਾਣੇ ਬੰਦੇ ਬਣ ਜਾਂਦੇ ਸੀ, ਉਹਨਾਂ ਦਾ ਹੱਥ ਪੈ ਜਾਂਦਾ, ਰਹਿੰਦੇ ਸੀ ਅੱਗੇ ਦੇਖ। ਹੈ ਹੁਣ ਵੀ ਤਬੀਅਤ ਆਰਮੀ ਚੀਫ ਆ ਰਹੀ ਹੈ, ਦੇਖ ਨੀ ਕਿਤੇ ਕੀ ਆ ਨਾ ਤਬੀਅਤ, ਹੁਣ ਵੀ ਪੂਰੀ ਆਰਮੀ ਚੀਫ ਵਾਲੀ ਆ, ਤੂੰ ਬੈਠ ਉਹਦੇ ਤਾਂ ਗੱਲਾਂ ਬਾਤਾਂ ਕਰੇਗਾ ਪਤਾ ਲੱਗ ਜੂ। ਆ ਵੇ ਨਾ ਪੈਰ ਜੁੜੇ ਝੂਠ ਮਾਰਨ ਦਿਆ, ਤਾਂ ਵੇ ਨਾ ਮਖੌਲ ਕਰਦਾ। ਨਹੀਂ ਚਾਹੀਦਾ, ਨਾਲੇ ਮੇਰਾ ਉਹ ਤੇ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਹੋਇਆ ਲੈਦਾ ਹੈਗਾ। ਮੈਂ ਕੰਮ ਕਰਨਾ ਚਾਹਾਂਗਾ ਇਨਸ਼ਾਅੱਲਾ, ਜਿਸ ਤਰ੍ਹਾਂ ਦਾ ਵੀ ਤੁਹਾਡਾ ਪ੍ਰੋਜੈਕਟ ਹੋਇਆ। ਅੱਛਾ, ਹਾਂਜੀ, ਉਰਦੂ 'ਚ ਹੋਵੇ ਤਾਂ, ਪੰਜਾਬੀ 'ਚ ਹੋਵੇ ਤਾਂ, ਰਾਂਗੜੀ ਜ਼ਬਾਨ 'ਚ ਹੋਵੇ ਤਾਂ, ਇੱਕ ਡਾਇਲੌਗ ਰਾਂਗੜੀ ਜ਼ਬਾਨ 'ਚ ਕੋਈ ਇੱਕ। ਉਹ ਛੋਕਰੇ ਗਾੜੀ ਕੋ ਰੋਕ ਲੈ, ਅਬੇ ਰੋਕ ਲੈ, ਭੂਤ ਨਹੀਂ ਗਿਆ, ਰੋਕ ਲੈ, ਮੈਨੇ ਵੀ ਚੜਨਾ, ਵਰਨਾ ਮੈਂ ਉੱਪਰ ਬੈਠ ਕੇ ਆ ਜਾਊਂਗਾ। ਹਾਂ ਠੀਕ ਹੈ ਬਾਦਸ਼ਾਹ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਨਾਲ ਸਾਡੇ ਚੈਨਲ ਤੇ, ਅੱਜ ਦੇ ਇੱਕ ਹੋਰ ਵਲੌਗ ਚ ਤੁਹਾਨੂੰ ਕਹਿੰਦੇ ਆ ਖੁਸ਼ ਆਮਦੀਦ। ਤੇ ਅਸੀਂ ਇੱਕ ਸ਼ਾਰਟ ਸਟੋਰੀ ਫਿਲਮ ਕਰਨ ਜਾ ਰਹੇ ਤੇ ਰਸਤੇ ਦੇ ਵਿੱਚ ਅੰਜਮ ਨੂੰ ਲੈਣਾ ਨਾਲ, ਉਸ ਤੋਂ ਗਾਂਹ ਇੱਕ ਲੋਕੇਸ਼ਨ ਤੇ ਜਾਣਾ ਤੇ ਇੱਧਰ ਪਿੱਛੇ ਸਾਡੇ ਇੱਕ ਬੰਦਾ ਨਾਲ, ਨਵਾਂ ਮੇਕਅਪ ਆਰਟਿਸਟ ਨਾਲ, ਗੈਟਅਪ ਆਰਟਿਸਟ ਹੈ ਇਹ ਵਿਕਾਸ ਸਾਹਿਬ, ਆਪਣਾ ਅਵੈਸ ਸਾਹਿਬ। ਤੇ ਅੰਜਮ ਹਰ ਵਾਰੀ ਲਾਂਭਾ ਦਿੰਦਾ ਵੀ ਮੇਰੇ ਲਈ ਕੋਈ ਸ਼ੈ ਨਹੀਂ ਲੈ ਕੇ ਆਉਂਦੇ, ਤੁਹਾਡੇ ਸਾਹਮਣੇ ਉਹਦੇ ਲਈ ਫਰੂਟ ਲੈ ਕੇ ਜਾਣਾ। ਤੇ ਫਰੂਟ ਲੈ ਜਾਈਏ ਜਾਂਦਿਆਂ ਲਾਂਭਾ ਆ ਜਾਂਦਾ ਵੀ ਤੁਸੀਂ ਲਿਆਂਦੀ ਕੋਈ ਸ਼ੈ ਨਹੀਂ, ਆ 5000 ਰੁਪਏ ਪੂਰੇ ਦਾ, ਪੂਰੇ 5000 ਰੁਪਏ ਦਾ ਫਰੂਟ ਲੈਣਾ ਜੀ। ਆ ਗਿਆ ਜੀ, ਆਪਾਂ ਲੈਣ ਲਾਟ ਬੰਦੇ ਨੂੰ ਦੇਖਦੇ ਹਾਂ। ਸਾਹਿਬ ਅੱਜ ਤੂੰ ਕਿਹਾ ਨੀਗਾ ਤੁਸੀਂ ਪਾਕਿਸਤਾਨ ਦਾ ਸ਼ੂਮ ਬੰਦਾ ਅੱਜ ਫਰੂਟ ਲੈ ਕੇ ਆਇਆ, ਇਹ ਚ ਏਦਾਂ ਹੀ ਆਵਾਜ਼ ਜਾਂਦੀ? ਹਾਂ ਏਦਾਂ ਹੀ ਜਾਂਦੀ ਹੈ। ਬਿਸਮਿਲਲਾ, ਚੱਲ ਕਿਹੜਾ ਉਹੀ ਸਟੈਪ ਜਿਹੜਾ ਉੱਥੇ ਰੇਤ ਤੇ ਲਾਇਆ ਸੀ ਆਹ ਲਾ। ਇਹੀ ਨੀ ਆ, ਇੱਕ ਹੋਰ ਆਈਟਮ ਆ। ਕੈਸੀ ਬਾਤ, ਨਾਸਰਾਜ ਤਾਂ ਅੱਜ ਕਸਮ ਤੋੜਦੀ ਬਈ, ਕਸਮ ਤੋੜਦੀ, ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਜੀ।
ਆ ਫਰੂਟ ਲਿਆਣ ਦੀ ਇੱਕ ਹੋਰ ਆਈਟਮ ਆ ਵੀ ਬੂਹਾ ਖੋਲ ਬੱਕਰਾ ਤੇ ਨੀ ਵਾੜਿਆ ਵਿੱਚ ਬੱਕਰਾ ਨੀ ਵਾੜਿਆ ਠੀਕ ਠਾਕ ਆ ਤੂੰ ਕਿਤੇ ਜੂਆ ਤੇ ਨੀ ਲੱਗ ਗਿਆ ਲਓ ਜੀ ਬਾਂਡ ਲੱਗਿਆ ਇਹਦਾ ਕੋਈ ਬਾਂਡ ਬੂੰਡ ਲੱਗਿਆ ਕਿ ਨਹੀਂ ਪਰਚੀ ਪਰਚੀ ਤੇ ਹੋਰ ਕੀ ਮੂੰਹ ਦੀ ਲਾਲੀ ਦੱਸਦੀ ਨਾਸਰ ਦੀ ਗਰਮਾ ਸਰਦਾ ਹਾਂ ਗਰਮਾ ਸਰਦਾ ਛਾਪਰ ਹੋਵੇ ਇਧਰ ਵੀ ਇਧਰ ਵੀ ਨਸਲ ਵਧਦੀ ਜਾਂਦਾ ਜਿਹਦੇ ਹੱਥ ਚ ਨਾ ਦੋ ਸ਼ਬਦ ਨੀ ਆ ਮੇਰਾ ਪੁੱਤ ਆਇਆ ਜਿਹੜਾ ਮੇਰੇ ਵਰਗਾ ਖਾਲੀ ਆ ਜਾਂਦਾ ਬਿਮਾਰੀ ਪੈਣਾ ਕਿੱਥੋਂ ਆ ਗਿਆ ਸਿਆਣੇ ਕਹਿੰਦੇ ਹੁੰਦੇ ਸੀ ਸਖੀ ਦਾ ਮਾਲ ਜਾਵੇ ਸ਼ੂਮ ਦਾ ਸਿਰ ਜਾਵੇ ਇਹ ਬੜੀ ਵੱਡੀ ਮਿਸਾਲ ਇਹ ਇਹ ਗੱਲ ਇਹਨੂੰ ਪੱਲੇ ਬੰਨ ਅਸੀਂ ਜੀ ਅੱਜ ਫਿਲਮ ਬਣਾਉਣ ਲੱਗੇ ਆ ਨਾਸਰ ਢਿੱਲੂ ਸਾਹਿਬ ਨਾਲ ਪੰਜਾਬੀ ਲਹਿਰ ਦੇ ਉੱਤੇ ਆਊਗੀ ਵੱਡੀ ਫਿਲਮ ਆਏ ਉਹ ਫਿਲਮਾਂ ਨੇ ਜਿਹੜੀਆਂ ਅੱਗੇ ਛੋਟੀ ਛੋਟੀਆਂ ਬਣਾਉਣੇ ਉਹੀ ਵੱਡੀ ਫਿਲਮ ਹੈ ਉਹੀ ਫਿਲਮ ਹੈ ਜਿਹੜੀ ਅੱਗੇ ਬਣਾਉਣੀ ਪਰ ਇਹਦਾ ਮੁੱਦਾ ਬਹੁਤ ਤਕੜਾ ਇਹਦੇ ਚ ਮੈਂ ਹੀਰੋ ਹਾਂ ਨਹੀਂ ਤੁਸੀਂ ਕਦੇ ਕਿਸੇ ਫਿਲਮ ਚ ਵੇਖਿਆ ਜਿਹੜਾ ਕਿਰਦਾਰ ਨਿਭਾਣਾ ਹੋਵੇ ਉਹਦੇ ਵਿੱਚ ਬਣਨਾ ਲੱਤ ਛੋਟੀ ਵੱਡੀ ਜਦੋਂ ਮੈਨੂੰ ਇਹ ਕਹਿੰਦਾ ਨਾ ਆ ਕੇ ਵੀ ਕਿਰਦਾਰ ਕੋਈ ਛੋਟਾ ਵੱਡਾ ਨੀ ਹੁੰਦਾ ਮੈਂ ਸਮਝ ਜਾਂਦਾ ਮੈਨੂੰ ਕੋਈ ਦੇ ਦਿੱਤਾ ਇਹਨੇ ਕੋਈ ਹਾਲਾਂਕਿ ਜੇ ਹੀਰ ਰਾਂਝਾ ਦੀ ਫਿਲਮ ਬਣਾਈ ਜਾਏ ਤਾਂ ਪੱਕਾ ਰੋਲ ਪੱਕਾ ਵਾਏ ਉਹਦੀ ਕਾਸਟਿੰਗ ਨਹੀਂ ਕਰਨੀ ਪੈਣੀ ਹੈ ਇਹਨੂੰ ਕੀ ਕਰਨਾ ਪੈਣਾ ਉਹੀ ਕਹਿ ਦੋ ਵਾਲਾ ਪੱਕਾ ਠੱਕਾ ਨਹੀਂ ਮੈਂ ਹਾਂ ਕਿਰਦਾਰ ਛੋਟਾ ਵੱਡਾ ਨਹੀਂ ਹੁੰਦਾ ਲੱਤ ਛੋਟੀ ਵੱਡੀ ਹੋ ਸਕਦੀ ਨਹੀਂ ਲੱਤ ਵੀ ਠੀਕ ਆ ਉਹ ਯਾਰ ਮੇਰਾ ਉਹ ਪੱਕੀ ਸੀ ਨਵਿੰਦਰ ਜੀ ਪੱਕੀ ਸੀ ਉਹ ਠੀਕ ਆ ਹਾਂ ਉਹ ਤਾਂ ਕਰਕੇ ਨਹੀਂ ਉਹ ਬੰਦੇ ਹੋ ਜਾਂਦਾ ਬੰਦੇ ਸਮਝਣਗੇ ਖਬਰੇ ਕੋ ਸੱਚੀ ਮਸਲਾ ਅੱਛਾ ਕੱਲ ਨੂੰ ਕੋ ਵੱਡੀ ਫਿਲਮ ਵਾਲਾ ਸਮਝੇ ਵੀ ਫੋਨ ਕਰੇ ਉਹ ਯਾਰ ਉਹ ਨਹੀਂ ਹੀਰੋ ਲੈਣਾ ਨਹੀਂ ਨਹੀਂ ਕੋਈ ਮਸਲਾ ਨਹੀਂ ਕੋਈ ਮੈਂ ਠੀਕ ਠਾਕ ਹਾਂ ਕੋਈ ਮਸਲਾ ਨਹੀਂ ਠੀਕ ਆ ਠੀਕ ਆ ਆ ਡੋਲੇ ਦੇਖ ਲਓ ਹੀਰੋ ਤੇ ਇਦਾਂ ਦੇ ਹੀ ਹੁੰਦੇ ਹੋਰ ਉਹਦੇ ਸਟੀਲ ਦੇ ਹੁੰਦੇ ਅੱਛਾ ਇਹ ਫਿਲਮ ਬਣਨ ਲੱਗੀ ਆ ਜੀ ਰਾਤੀ ਮੈਨੂੰ ਟੈਲੀਫੋਨ ਕਹਿੰਦਾ ਅਖੇ ਜੀ ਇੱਕ ਮਵਾਲੀ ਦਾ ਰੋਲ ਵੀ ਅਮਲੀ ਅਮਲੀ ਦਾ ਅਮਲੀ ਦਾ ਅਮਲੀ ਦਾ ਉਹੀ ਆ ਤੇਰਾ ਉਹੀ ਆ ਮੇਰਾ ਮੇਨ ਬੰਦਾ ਉਹੀ ਆ ਤੂੰ ਮੈਂ ਕਿਹਾ ਮੈਨੂੰ ਰਾਂਝਾ ਬਣਾ ਦੇ ਰਾਂਝਾ ਬਣਾ ਦੇ
ਹੀਰ ਨਹੀਂ ਹੈਗੀ ਫਿਲਮ ਚ, ਨਹੀਂ ਤੁਹਾਡੇ ਕੈਮਰੇ ਚ ਤਾਰਫ ਕਰਾਦਾ ਰਾਣਾ ਅਸਲਮ ਖਾਨ ਵਕਾਰ ਸਾਹਿਬ ਸਾਡੇ ਵੱਡੇ ਭਾਈ ਬੈਠੇ, ਅਸੀਂ ਤੁਹਾਡੇ ਨਾਲ ਕੈਮਰੇ ਚ ਆਉਂਦੇ ਰਹਾਂਗੇ। ਲੋਕੇਸ਼ਨ ਤੇ ਆਪਾਂ ਆ ਗਏ ਆ, ਤਾਏ ਕੋ ਕਰਨੀ ਆ ਆਪਾਂ ਤਾਏ ਦੇ ਡੇਰੇ ਤੇ। ਤਾਇਆ ਦੱਸ ਨਾ ਵੀ ਚੋਰੀ ਗੁਲਜ਼ਾਰ ਸਰੋਇਆ ਮੇਰਾ ਤਾਇਆ, ਇਹ ਅੰਜਮ ਸੋਏ ਦਾ ਤਾਇਆ, ਇਹ ਸਾਨੂੰ ਕਹਿ ਗਿਆ ਸੀ ਵੀ ਟੋਬੇ ਜਾਣਾ ਵਾ ਲੋਕੇਸ਼ਨ ਤੇ, ਤੇ ਮੁੜ ਕੇ ਇੱਥੇ ਆ ਕੇ ਰਾਦਾ ਬਦਲ ਜਾਂਦਾ ਵੀ ਤਾਏ ਦੇ ਡੇਰੇ ਕਰਨੀ ਆ। ਤਾਏ ਦਾ ਡੇਰਾ ਬਹੁਤ ਸੋਹਣਾ, ਬਹੁਤ ਸੋਹਣਾ ਡੇਰਾ, ਮਾਲ ਡੰਗਰ ਚੰਗਾ ਮਾਸ਼ਾਅੱਲਾ ਸੋਹਣਾ ਵਾ। ਉਹ ਤਾਂ ਉੱਠ ਕੇ ਦਿਖਾ ਫਿਰ ਦਿਖਾਣਾ, ਆ ਜਾ ਦਿਖਾਵਾਂ ਮੱਝਾਂ ਬੜੀਆਂ, ਮਾਲ ਬਹੁਤ ਸੋਹਣਾ ਤਾਏ ਦਾ। ਤਾਇਆ ਕਿੰਨੇ ਕੁ ਮਾਮੇ, ਕਿੰਨਾ ਕੁ ਮਾਲ? 30 ਡੰਗਰ ਆ ਜੀ ਮਾਸ਼ਾਅੱਲਾ, ਵੱਡੇ ਡੰਗਰ 30 ਵੱਡੇ 30 ਨੇ। ਹਾਂ ਆਰਮੀ ਚੀਫ ਹੋਣਾ ਸੀ। ਹੋਰ ਨਹੀਂ ਬਾਪ ਨੂੰ ਆਰਮੀ ਚੀਫ ਚੱਲ ਜਾਣਾ, ਬਾਬਾ ਪੁਰਾਣੇ ਬੰਦੇ ਬਣ ਜਾਂਦੇ ਗੱਲਾਂ ਬਾਤਾਂ ਕਰੇਗਾ ਪਤਾ ਲੱਗ ਜਾਊਗਾ। ਪੈਰ ਜੁੜੇ ਝੂਠ ਮਾਰਨ ਡਿਆ ਤਾਇਆ, ਵੇਖ ਲਾ ਮਖੌਲ ਕਰਦਾ। ਨਹੀਂ ਚਾਹੀਦਾ, ਨਾਲੇ ਮੇਰਾ ਉਹ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਲੈਦਾ ਹੈਗਾ, ਦੂਆ ਰਿਸ਼ਤਾ ਜ਼ਿਆਦਾ ਇੱਕ ਦੂਏ ਨਾਲ ਕਰ ਲੈਂਦੇ। ਅੱਛਾ ਗੱਲ ਵਿੱਚ ਤਾਂ ਇੰਨਾ ਸ਼ੁਕਰ ਕਾਲੇ ਤੇ ਦੂਈ ਲੱਤ ਹੈਣੀ, ਇੱਕ ਆ ਜੇ ਦੂਈ ਹੁੰਦੀ ਤੇ ਪਤਾ ਨਹੀਂ ਕੀ ਕਰਦਾ। ਅੱਛਾ ਗੱਲ ਸੁਣ, ਆ ਵੀ ਨਵਾਂ ਇੱਧਰ ਸੁਣ, ਇੱਥੇ ਆ, ਦੂਜੀ ਲੱਤ ਕਿੱਧਰ ਗਈ? ਇੱਥੇ ਆ ਹੁਣ ਕਾਕਾ, ਮੰਨਦਾ ਹੀ ਨਹੀਂ ਜਾਣੇ ਕਰੇ ਤਾਂ ਬਿਆਨ ਲੱਤਾ ਹੈ ਕੀ ਹੈ ਨਾ ਹੀਰੋ ਲਾਓ। ਮੈਂ ਕਿਹਾ ਵੀ ਏਦਾਂ ਵੀ ਹੋਇਆ ਵੀ ਹੀਰੋ ਲਾ ਦੋ, ਫੀਰੋ ਲਾ ਦੋ, ਲਾ ਦੋ ਕੁਛ ਤਾਂ ਲਾਓ। ਹੁਣ ਡੇਢ ਲੱਤਾਂ ਫਿਲਮ ਚ ਹੀਰੋ ਆ ਸਕਦਾ ਹੈ ਦੱਸੋ? ਆਹੋ ਦੂਈ ਲੱਤ ਜਿਹੜਾ ਖਿੱਚ ਕੇ ਰੱਖ ਲਈ ਨਾ। ਸਿਆਣੇ ਕਹਿੰਦੇ ਜਦੋਂ ਮਰਾਂਦਾ ਭੇਤੀ ਮਰਾਂਦਾ, ਗੱਲ ਜਿਹੜੀ ਆਪਾਂ ਕੰਮ ਦੀ ਉਹ ਕਰੀਏ ਵੀ ਤਾਏ ਦਾ ਤੂੰ ਦਿਖਾ ਵੀ ਸਾਰੀ ਜ਼ਿੰਦਗੀ ਚਿੱਟਾ ਸੂਟ ਪਾਇਆ ਸਾਰੀ ਜ਼ਿੰਦਗੀ, ਤੇ ਤਾਇਆ ਗਲਤ ਕਹਿ ਸਕਦਾ? ਨਹੀਂ ਕਹਿ ਠੀਕ ਰਿਹਾ, ਪਰ ਸੂਟ ਚਿੱਟਾ ਪਾਇਆ ਸਾਰੀ ਉਮਰ, ਰੰਗਦਾਰ ਸੂਟ ਨਹੀਂ ਪਾਇਆ। ਨਹੀਂ ਵੈਸੇ ਸਹੀ ਗੱਲ, ਮੇਰੇ ਕੱਪੜਿਆਂ ਵਿੱਚ 20,000 ਦੀ ਸ਼ਰਤ ਲੱਗੀ ਸ਼ੂਗਰ ਨੂੰ। ਅੱਛਾ ਤੁਸੀਂ ਪਾਈ ਜੁੱਤੀ ਕਿਹੜੀ? ਮੋਚੀ ਜੁੱਤੀ ਤੇ ਖੁੱਸਾ ਸਾਰੀ ਜ਼ਿੰਦਗੀ ਮੈਂ ਬੂਟ ਸ਼ੂਟ। ਅੱਛਾ ਤਾਂ ਲੱਤ ਨੂੰ ਕੀ ਹੋਇਆ ਦੱਸਿਆ? ਲੱਤ ਥੋੜੀ ਜਿਹੀ ਕਮਜ਼ੋਰ ਆ, ਤੂੰ ਨੀ ਕਿਹਾ ਮੈਂ ਤਾਂ ਕਹਿ ਦਿੱਤਾ।
ਇਨਸਾਨ ਨੂੰ ਖੁਸ਼ ਤਬੀਅਤ ਰਹਿਣਾ ਪਹਿਲੀ ਗੱਲ ਤੇ 100 ਬਿਮਾਰੀ ਦਾ ਇੱਕ ਇਲਾਜ ਹੈ ਆ ਜਿਹੜਾ ਸੜੂ 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 ਕਰੀ ਜਾਣਾ ਨਾ ਮੈਨੂੰ ਇਹ ਚੰਗਾ ਨਹੀਂ ਲੱਗਦਾ ਅੱਗੇ ਅੱਗੇ ਤੇ ਬੇਲੀ ਬੈਠਿਆ ਸੀ ਨਾ ਉਹ ਐਵੇਂ ਲੰਮੀ ਜਿਹੀ ਸੋਚ ਨੂੰ ਪਿਆ ਮੈਂ ਕਿਹਾ ਗੱਲ ਸੁਣੋ ਮੇਰੀ ਨਾ ਤੇਰੀ ਮਾਂ ਮਰੀ ਨਾ ਪਿਓ ਮਰਿਆ ਤੇ ਕਿਹੜੇ ਰੋਲੇ ਨੂੰ ਸੜੂ ਸੁਣ ਕਿਉਂ ਬੰਦੇ ਨੂੰ ਖੁਸ਼ ਜੀ ਇਨਸਾਨ ਕੋਈ ਛੋਟਾ ਵੱਡਾ ਨਹੀਂ ਹੁੰਦਾ ਦਿਹਾੜੀ ਸਾਰਾ ਦਿਨ ਅਸੀਂ ਤਾਏ ਕੋਲ ਹੀ ਆ ਇੱਥੇ ਅਸੀਂ ਫਿਲਮ ਬਣਾਉਣੀ ਨਾਲੇ ਤੁਹਾਡਾ ਗੱਲਾਂ ਬਾਤਾਂ ਵਿੱਚ ਰਿਕਾਰਡ ਕਰੀ ਜਾਵਾਂਗੇ ਨਾਲੇ ਅਸੀਂ ਆਪਣੀ ਫਿਲਮ ਬਣਾ ਲਾਂਗੇ ਅੱਛਾ ਅੱਛਾ ਠੀਕ ਹੈ ਚਲੋ ਹੀਰੋ ਬਣ ਗਿਆ ਧੋਣ ਦੀ ਲੋੜ ਰਫ ਕਰਨਾ ਧੋ ਕੇ ਵੀ ਏਦਾਂ ਦਾ ਧੋ ਕੇ ਕਿਹੜਾ ਵੀ ਥੱਲੋਂ ਇਹਦੇ ਸਮੀ ਅੱਜ ਡੀਓਪੀ ਦਾ ਕਿਰਦਾਰ ਅਦਾ ਕਰੇਗਾ ਨਿਭਾਏਗਾ ਇਹ ਢਿੱਲੋਂ ਸਾਹਿਬ ਸਾਡੇ ਮਾਸਟਰ ਨੇ ਅੱਜ ਦੇ ਸਟੋਰੀ ਚ ਤੇ ਆ ਹਾਂ ਵੇਖੇ ਆ ਭੁੱਲ ਗਿਆ ਸੀ ਕੀ ਇੱਧਰ ਸਮੀ ਡਿਆ ਕਰਨ ਤਿਆਰੀ ਇੱਧਰ ਵੇਖੋ ਕੀ ਗੱਲ ਕੌਣ ਹੈ ਤੂੰ ਏ ਕੀ ਗੱਲ ਹੈ ਕਾਕਾ ਤੈਨੂੰ ਪਾਕਿਸਤਾਨੀ ਪੰਮਾ ਨਾਨ ਪੀਟੀਏ ਪੰਮਾ ਨਾਨ ਪੀਟੀਏ ਪੰਮਾ ਬੋਲਦਾ ਬਾਈ ਇਧਰ ਪਲੱਕੜ ਤਿਆਰੀ ਕਰ ਰਿਹਾ ਪਲੱਕੜ ਬਹੁਤ ਵੱਡੀ ਫਿਲਮ ਆ ਰਹੀ ਹੈ ਜੀ ਬਹੁਤ ਜਾਨਦਾਰ ਫਿਲਮ ਆ ਬੜੀ ਸਬਕ ਮੋਦ ਬੜਾ ਸੁਨੇਹਾ ਇਹਦੇ ਜਿਹੜਾ ਦਿੰਦਾ ਨਾ ਮੈਨੂੰ ਕੀ ਸਾਧੇ ਅਮਲੀ 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 ਜਿਹੜਾ ਸੁਨੇਹਾ ਮੈਂ ਦੇ ਦਿੰਦਾ ਨਾ ਇਹ ਬੰਦਿਆਂ ਨੂੰ ਯਾਦ ਰੱਖਣ ਵਾਲੀ ਗੱਲ ਯਾਰ ਉਹ ਨਿਆਣੇ ਵੀ ਹੱਸਣੇ ਤੈਨੂੰ ਵੇਖ ਕੇ ਉਹ ਨਿਆਣੇ ਕਹਿੰਦੇ ਵੀ ਚਾਚੇ ਨੂੰ ਕੀ ਪਿਆ ਦੋ ਬੰਦੇ ਤਿਆਰ ਹੋ ਗਏ ਆ ਯਾਰ ਤੀਜੇ ਨੂੰ ਪਤਾ ਨੀ ਕੀ ਬਣਾਊਗਾ ਕੀ ਬਣਾਊਗਾ ਦੋਸਤਾ ਰਾਂਝਾ ਜੀ ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ ਹਾਂ ਇਹਨਾਂ ਬਣਾਤਾ ਅੱਜ ਮੈਨੂੰ ਰਾਂਝਾ ਰਾਂਝਾ ਭੈੜਾ ਬਣਾਉਣਾ ਕਿ ਮੇਕਅਪ ਕਰਨਾ ਤੂੰ ਰਾਂਝਾ ਤੇ ਜੀ ਰਾਂਝਾ ਸੋਹਣਾ ਹੀ ਹੁੰਦਾ ਜੀ ਹਾਂ ਰਾਂਝਾ ਸੋਹਣਾ ਹੀ ਹੁੰਦਾ ਅੱਛਾ ਹਾਂਜੀ ਸੁਰਮਾ ਸੁਰਮਾ ਪਾ ਕੇ ਹਾਂਜੀ ਸੁਰਮਾ ਸੁਰਮਾ ਪਾ ਕੇ ਰਾਂਝਾ ਰਾਂਝਾ ਕਹਿਣਾ ਸੌਖਾ ਬਣਨਾ ਔਖਾ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਪਲੱਕੜ ਸਾਹਿਬ
ਕਿਵੇਂ ਦੁਬਾਰਾ ਸੁਣਾ ਦੇ ਜ਼ਰਾ। ਕਹਿੰਦਾ ਜੰਗਲ ਵੇਲੇ ਟਰੈਕਟਰਾਂ ਵਾਹ ਦਿੱਤੇ, ਵਗ ਰਾਂਝੇ ਦਾ ਚਰੇ ਦਾ ਚਰੇ ਕਿੱਥੇ, ਪਾਣੀ ਡੱਕ ਕੇ ਡੈਮ ਬਣਾ ਦਿੱਤੇ, ਸੋਹਣੀ ਚਨਾਹ ਵਿੱਚ ਤਰੇ ਦਾ ਤਰੇ ਕਿੱਥੇ, ਮਾਰੂ ਥਲ ਦੀ ਥਾਂ ਤੇ ਚਰੀ ਬੀਜੀ, ਸੱਸੀ ਥਲਾਂ ਵਿੱਚ ਸੜੇ ਤੇ ਸੜੇ ਕਿੱਥੇ, ਜੰਡ ਵਣ ਦੀ ਥਾਂ ਤੇ ਅੰਬ ਬੀਜੇ, ਮਿਰਜ਼ਾ ਜੰਡ ਹੇਠ ਮਰੇ ਤਾਂ ਮਰੇ ਕਿੱਥੇ। ਮਿਰਜ਼ਾ ਕਿ ਰਾਂਝਾ? ਚਿੱਟੀ ਸਲਵਾਰ ਕਾਲਾ ਕੁੜਤਾ ਸਲਵਾਰ ਬਣਾਉਂਦੀ ਹੈ, ਸਹੀ ਲੱਗ ਰਿਹਾ? ਸਹੀ ਦੱਸਿਓ ਕਮੈਂਟ ਕਰਕੇ ਵੀ ਰਾਂਝਾ ਸਹੀ ਲੱਗ ਰਿਹਾ। ਅਗਰ ਉਸ ਦੌਰ ਚ ਇੰਸਟਾਗ੍ਰਾਮ ਹੁੰਦਾ ਨਾ, ਇਸ ਰਾਂਝੇ ਦੇ ਬੜੇ ਫਾਲੋਅਰ ਹੋਣੇ ਸੀ। ਕਮੈਂਟ ਕਰਕੇ ਦੱਸਣਾ ਵੀ ਰਾਂਝਾ ਸਹੀ ਲੱਗ ਰਿਹਾ, ਪਲੱਕੜ ਸਹੀ ਲੱਗ ਰਿਹਾ, ਪਲੱਕੜ ਦਿਖਾਓ ਤਾਂ ਸਹੀ, ਅਮਲੀ ਸਹੀ ਲੱਗ ਰਿਹਾ, ਪਲੱਕੜ ਬਹੁਤ ਵਧੀਆ। ਨਾਂ ਮੇਰਾ ਰੱਖਣਾ ਹਲੇ ਸੁਰਮੇ ਦੇ ਨਾਲ ਲੱਗਦਾ ਵੀ ਜਿਵੇਂ ਨਾ ਹੁਣ ਅਸਲ ਬਣ ਗਿਆ ਵੈਸੇ ਖੁਸਰਾ ਰਾਂਝਾ। ਕਮੈਂਟਸ ਕਰਕੇ ਦੱਸਿਓ ਵੀ ਆਹ ਰਾਂਝਾ ਸਹੀ ਕਿ ਪਹਿਲਾਂ ਸਹੀ। ਸਰਵਾ ਸਾਹਿਬ ਦਾ ਕਹਿਣਾ ਵੀ ਨੰਬਰ 1 ਰਾਂਝਾ ਬਣ ਗਿਆ, ਨੰਬਰ 1 ਰਾਂਝਾ ਬਣ ਗਿਆ। ਉਹ ਸਾਡਾ ਮੇਕਅਪ ਆਰਟਿਸਟ ਹੈ ਤੇ ਫੈਸਲਾਬਾਦ ਤੇ ਆ। ਇਹ ਆਪਣੇ ਨਾਂ ਕੀ ਪੂਰਾ ਕੀ ਆ? ਅਲੀ ਮੁਜਾਹਿਦ। ਅਲੀ ਮੁਜਾਹਿਦ ਟਿਕਟੌਕ ਤੇ ਵੀ ਹੈਗਾ ਭਾਈ। ਜਿਹਨੂੰ ਚਾਹਣ ਮਵਾਲੀ ਬਣਾ ਦੇਣ, ਜਿਹਨੂੰ ਚਾਹਣ ਭੁਲੱਕੜ ਬਣਾ ਦੇਣ, ਜਿਹਨੂੰ ਚਾਹਣ ਰਾਂਝਾ ਬਣਾ ਦੇਣ। ਕਿਆ ਬਾਤ, ਤੇਰੇ ਹੱਥ ਵਿੱਚ ਡੋਰ ਵਸਾਈਆਂ, ਪੁਤਲੀ ਦਾ ਕੀ ਜ਼ੋਰ ਵਸਾਈਆਂ। ਲਓ ਜੀ ਸੱਥ ਲੱਗ ਗਈ ਪੂਰੀ, ਪਰਿਆ ਲੱਗ ਗਈ, ਪਰਿਆ ਫਿਲਮ ਦੀ ਪਰਿਆ ਲੱਗ ਗਈ ਹੈ। ਉਹ ਮੁਜਰਮ ਫੜ ਲਿਆ ਅਸੀਂ, ਇੱਕ ਆਹ ਮੁਜਰਮ ਖਲੋਤਾ ਅਤੇ ਇੱਕ ਕੈਮਰੇ ਦੇ ਪਿੱਛੇ ਮੁਜਰਮ। ਇਹ ਫੈਸਲਾ ਕਰਨਾ ਚਾਹੀਆਂ ਨੇ, ਮੈਂ ਥੱਕ ਗਿਆ। ਕਿਉਂ ਬਣਦੀ ਸਜ਼ਾ? ਕਿਉਂ ਜੀ ਥੱਕ ਗਿਆ? ਜਿਹੜੀ ਸਜ਼ਾ ਬਣਦੀ ਦਿਓ, ਮੈਂ ਸੋਣਾ ਵੀ ਆ। ਕਿੱਲਾ ਵਢਾਓ ਕਣਕ ਦਾ। ਜਿਹੜੀ ਸਜ਼ਾ ਬਣਦੀ ਹੈ ਭਾਈ ਦਿਓਗੇ ਟਾਈਮ ਨਾਲ, ਮੈਂ ਸੋਣਾ ਵੀ ਆ। ਹਾਂ ਅਮਲੀਆ ਭੁੱਖ ਲੱਗੀ ਵਾਵਾ, ਕਣਕ ਕਣਕ ਵੱਢ ਕੇ ਫਿਰ ਰੋਟੀ ਲੱਭਣੀ। ਆਵੇ ਆ ਕਣਕ ਵੱਢੀ ਵੀ ਆ, ਇੱਕ ਵਿਘਾ ਰਹਿ ਗਈ ਵੱਢ ਕੇ। ਫਿਰ ਅਸੀਂ ਕਰਨ ਡੇ ਸਾ ਵੀਡੀਓ ਸ਼ੂਟ ਕਰਨ ਡੇ ਸਾ ਤੇ ਚਾਚਾ ਜੀ ਸਾਨੂੰ ਮਿਲਿਆ। ਚਾਚਾ ਜੀ ਕਿਵੇਂ, ਦੱਸਿਓ ਹੁਣ ਆਪਣੇ ਬਾਰੇ। ਮੈਂ ਕੰਮ ਕਰਨਾ ਚਾਹਾਂਗਾ ਇਨਸ਼ਾਅੱਲਾ, ਜਿਸ ਤਰ੍ਹਾਂ ਦਾ ਵੀ ਤੁਹਾਡਾ ਪ੍ਰੋਜੈਕਟ ਹੋਇਆ। ਅੱਛਾ ਹਾਂਜੀ, ਉਰਦੂ 'ਚ ਹੋਵੇ ਤਾਂ, ਪੰਜਾਬੀ 'ਚ ਹੋਵੇ ਤਾਂ, ਰਾਂਗੜੀ ਜ਼ਬਾਨ 'ਚ ਹੋਵੇ ਤਾਂ। ਇੱਕ ਡਾਇਲੌਗ ਰਾਂਗੜੀ ਜ਼ਬਾਨ 'ਚ ਕੋਈ ਇੱਕ ਉਹ ਛੋਕਰੇ ਗਾੜੀ ਕੋ ਰੋਕ ਲੈ, ਅਬੇ ਰੋਕ ਲੈ ਭੂਤ ਨਹੀਂ ਗਿਆ, ਰੋਕ ਲੈ, ਮੈਨੇ ਵੀ ਚੜਨਾ, ਵਰਨਾ ਮੈਂ ਉੱਪਰ ਬੈਠ ਕੇ ਆ ਜਾਊਂਗਾ। ਹਾਂ ਠੀਕ ਹੈ ਬਾਦਸ਼ਾਹ, ਅਗਲੀ ਫਿਲਮ 'ਚ ਚਾਚਾ ਜੇ ਹੋਵੇ ਕੁੜੀ ਨਾਲ ਸੀਨ ਹੋਵੇ, ਕੁੜੀ ਦਾ ਅਸੀਂ ਨਹੀਂ ਕਰਾਂਗੇ, ਇੱਕ ਵਾਲੇ ਤਾਂ ਆਵਾਂਗੇ ਮਰਦਾਨਾ, ਫਿਰ ਜਿੱਥੇ ਮਰਜ਼ੀ ਦੱਬੀ ਰੱਖਿਆ ਜੀ। ਮਰਦਾਨਾ ਹੀ ਮਰਦਾਨਾ, ਇਹ ਸੀਨ ਮਰਦਾਨਾ ਹੀ ਚਾਹੀਦੇ, ਮਰਦਾਨਾ ਵੀ ਲੈਗਾ, ਨਹੀਂ ਤੇ ਫਿਲਮ 'ਚ ਜਨਾਨਾ ਵੀ ਹੁੰਦਾ ਨਾ, ਉਹ ਜਦੋਂ ਟਾਈਮ ਆਇਆ ਫਿਰ ਕਰਾਂਗੇ। ਚਲੋ ਸਪੋਜ਼ ਤੇਰੇ ਮਤਲਬ ਕੋਈ ਚਾਚੀ ਆ ਜਾਂਦੀ ਤੇਰੇ, ਆ ਮਤਲਬ ਵੀ ਉਹਨੂੰ ਤੂੰ ਬੁਲਾਉਣਾ ਵਾ, ਤੇ ਆ ਇੱਧਰ ਆ ਰੋਟੀਆਂ ਪਕਾ ਕੇ ਲਿਆ, ਤੁਸੀਂ ਇਸ ਗੱਲ ਨੂੰ ਛੱਡੋ। ਕਿਵੇਂ ਕਹੇਗਾ? ਤੁਹਾਨੂੰ ਅੱਲਾ ਰੋਜ਼ੀ ਦੇਵੇਗਾ, ਬਸ ਮੈਂ ਬਹੁਤਾ ਨਹੀਂ ਜਾਣਾ। ਅੱਛਾ ਹਾਂਜੀ, ਚੰਗਾ ਚਾਚਾ। ਅੱਛਾ ਜੀ, ਅੱਲਾ ਦੇ ਵਾਲੇ।
ये चिट्टे से काले भी हो जाते हैं। हाँ जी, जब कलफ लगेगा ना A1 हो जाएगा सब। क्या बात है, यंग स्टार इंशाल्लाह। ठीक है चाचा, हाँ जी। ਸ਼ੂਟ ਦਾ ਕੁਛ ਕੰਮ ਜਿਹੜਾ ਸਾਡਾ ਰਾਤ ਦਾ ਰਹਿ ਗਿਆ ਤੇ ਉਸ ਵਾਸਤੇ ਭੁੱਖ ਵੀ ਬੜੀ ਲੱਗੀ ਸੀ। ਅੰਜਮ ਸੁਰੈਸ ਸਾਹਿਬ ਨੇ ਰੋਟੀ ਸਾਨੂੰ ਦਿੱਤੀ ਖਵਾ, ਦਾਲ ਨਹੀਂ ਖਵਾਈ ਅੱਜ, ਵੱਖਰਾ। ਇੱਧਰ ਮਕਸੂਰ ਢਿੱਲੋਂ ਨਾਲ ਜਸ਼ਾਨ ਭਾਈ ਬੈਠੇ ਨੇ, ਮਕਸੂਰ ਢਿੱਲੋਂ ਵਲੌਗਸ ਵਾਲੇ, ਇਹਨਾਂ ਦਾ ਚੈਨਲ ਵੀ ਵੇਖਿਓ। ਤੇ ਇੱਧਰ ਭਾਈ ਸਾਹਿਬ ਸੁਰੈਸ ਸਾਹਿਬ ਦੇ ਵੱਡੇ ਭਰਾ ਸਾਹਿਬ ਬੈਠੇ ਨੇ ਸ਼ਾਹ ਸੁਰੈਆ। ਨਵਾਂ ਚੈਨਲ ਅਸੀਂ ਲਾਂਚ ਕੀਤਾ ਹੈ ਜੀ, ਮੈਂ ਥੋੜ੍ਹਾ ਜਿਹਾ ਦੱਸਦਾ ਚੈਨਲ ਦਾ। ਸ਼ਾਹਦ ਸਰੋਇਆ ਸਾਡੇ ਚੈਨਲ ਦਾ ਨਾਮ ਅਤੇ ਭਾਈ ਸਾਹਿਬ ਉੱਥੇ ਤੁਹਾਨੂੰ ਚੈਨਲ 'ਤੇ ਵੇਖਣ ਨੂੰ ਮਿਲੂਗਾ। ਇੱਕ ਤਾਂ ਭਾਈ ਸਾਹਿਬ ਵੇਖਣ ਨੂੰ ਮਿਲਣਗੇ ਵਿੱਚ, ਠੀਕ ਆ, ਅੰਜਮ ਸਰੋਇਆ ਦੇ ਵੱਡੇ ਭਾਈ ਨੇ, ਅਤੇ ਨਾਲੇ ਤੁਹਾਨੂੰ ਸਬਜ਼ੀਆਂ ਦੀ ਸਾਰੀ ਜਾਣਕਾਰੀ, ਸਬਜ਼ੀਆਂ ਕਿਹੜੀਆਂ ਨਵੀਆਂ ਨਵੀਆਂ ਸਬਜ਼ੀਆਂ ਲਾਈ ਦੀਆਂ ਵਾ, ਫਿਰ ਉਹਨਾਂ 'ਚੋਂ ਪੈਸੇ ਕਿਵੇਂ ਕਮਾਉਣੇ ਆ, ਫਿਰ ਕਿਹੜੀਆਂ ਕਿਹੜੀਆਂ ਖਾਦਾਂ ਪੈਂਦੀਆਂ, ਜੋ ਵੀ ਇਨਫੋਰਮੇਸ਼ਨ ਸਬਜ਼ੀਆਂ ਦੀ ਬਰੀਕੀ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਲੱਭੂਗੀ ਵੀ ਕਿੰਨੇ ਪੈਸੇ ਲੱਗਦੇ ਆ, ਕਿੱਲਾ ਲੱਗਦਾ ਕਿੰਨੇ 'ਚ, ਕੀ ਕੁਛ ਉਹਦੇ 'ਚ ਲੱਗਦਾ ਅਤੇ ਕੀ ਕੁਛ ਉਹ 'ਚੋਂ ਬਚਦਾ, ਵੀ ਬਾਉਂਡਰੀ ਤੋਂ ਕੈਚ ਕਿੱਦਾਂ ਹੁੰਦਾ, ਛੱਕਾ ਕਿੱਦਾਂ ਹੁੰਦਾ, ਵੀ ਡਾਲਾ ਆਂਦਾ ਜਾਂ ਡਾਲਾ ਆਂਦਾ, ਡਾਲਾ ਕਿਵੇਂ ਆਂਦਾ ਜਾਂ ਵਿਗੋ ਡਾਲਾ ਕਿਵੇਂ ਦਾ, ਸਾਰੀਆਂ ਗੱਲਾਂ ਤੁਹਾਨੂੰ ਇਨਸ਼ਾਅੱਲਾ ਤਾਲਾ ਨਰਸਰੀ ਤੋਂ ਲੈ ਕੇ ਐਂਡ ਤੱਕ ਜਿਹੜਾ ਹੈ ਕੋਈ ਵੀ ਸਬਜ਼ੀ ਲਾਵਾਂਗੇ ਉਹਦੀ ਭਰਪੂਰ ਨੌਲੇਜ ਦੇਵਾਂਗੇ ਲੋਕਾਂ ਨੂੰ। ਮੈਂ ਕਹਿੰਦਾ ਨਰਸਰੀ ਤੋਂ ਲੈ ਕੇ ਚੌਥੀ ਤੱਕ ਕਲਾਸਾਂ ਹੋਣਗੀਆਂ। ਕਿਵੇਂ? ਮੈਂ ਕਹਿੰਦਾ ਇਹਦੇ ਨਰਸਰੀ ਤੋਂ ਲੈ ਕੇ ਚੌਥੀ ਤੱਕ ਕਲਾਸਾਂ ਹੋਣਗੀਆਂ। ਨਹੀਂ ਉਹ ਨਰਸਰੀ ਨਹੀਂ ਹੈਗੀ, ਇਹ ਪਨੀਰੀ ਆ ਸਬਜ਼ੀਆਂ ਦੀ, ਸ਼ੁਰੂ 'ਚੋਂ ਲਾ ਕੇ ਉਹਨੂੰ ਦੁਬਾਰਾ ਡੋਕ ਕਿਵੇਂ ਟਰਾਂਸਪਲਾਂਟ ਕਰਨੀ ਅੱਗੇ, ਕਿਵੇਂ ਉਹਦੀ ਕੋਈ ਵੀ ਸਬਜ਼ੀ ਆ ਉਹਦੀ ਬਿਮਾਰੀਆਂ ਉਹਦੀ ਖਾਦ ਪਲਾਨ ਐਂਡ ਤੱਕ ਉਹਦੇ ਇਨਸ਼ਾਅੱਲਾ ਤਾਲਾ ਲੋਕਾਂ ਦੇ ਬਾਰੇ ਦੱਸਾਂਗੇ, ਅਤੇ ਕੋਸ਼ਿਸ਼ ਹੋਏਗੀ ਕਿ ਲੋਕਾਂ ਦਾ ਫਾਇਦਾ ਹੀ ਹੋਵੇ ਇਨਸ਼ਾਅੱਲਾ। ਪਾਕਿਸਤਾਨ 'ਚ ਨਾ 2-3 ਹੀ ਵਿਲਾਗਰ ਆ ਜਿਹੜੇ ਕਿ ਆਪ ਵੀ ਸਬਜ਼ੀਆਂ ਦੇ ਅੱਛੇ ਫਾਰਮਰ ਆ, ਵਰਨਾ ਜ਼ਿਆਦਾਤਰ ਲੋਕ ਨਾ ਦੂਸਰਿਆਂ ਕੋਲ ਹੀ ਜਿਹੜਾ ਵਾ ਨਾ ਇਨਫੋਰਮੇਸ਼ਨ ਲੈਂਦੇ ਆ, ਉਹਨਾਂ ਨੂੰ ਬਾਅਦ 'ਚ ਪਾਤ ਵਿਲਾਗਰਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਹੈ ਕਿ ਸਬਜ਼ੀ ਕਿਹੜੇ ਮੌਸਮ 'ਚ ਲੱਗਦੀ ਹੈ, ਕਿਆ ਇਹਦੇ ਇਨਪੁੱਟ ਹੈ ਅਤੇ ਕਿਆ ਇਸਦੀ ਯਾਨੀ ਕਿ ਜਿਹੜਾ ਵਾ ਦਵਾਈਆਂ ਵਾ ਬਾਕੀ ਉਸਦਾ ਅਖਰਾਜਾਤ ਦਾ ਕਿਆ ਵਾ, ਕਿਹੜਾ ਮੌਸਮ ਆ, ਉਹ ਜ਼ਿਆਦਾਤਰ ਬਹੁਤ ਸਾਰੇ ਲੋਕ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸੀਜ਼ਨ 'ਚ ਕਿਹੜੇ 'ਚ ਲੱਗਦੀ ਆ। ਇਹ ਯਾਨੀ ਕਿ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਐਸਾ ਬੰਦਾ ਜਿਹੜਾ ਕਿ ਇਹਨਾਂ ਸਬਜ਼ੀਆਂ ਦੇ ਬਾਰੇ 'ਚ ਜਾਣਦਾ ਵੀ ਆ, ਉਹਨੇ ਆਪਣਾ ਵਲੌਗ ਸ਼ੁਰੂ ਕੀਤਾ। ਵਾਹ 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 ਜੀ, ਬਹੁਤ ਅੱਛਾ ਹੋ ਗਿਆ ਜੀ, ਮੂੰਹ ਮਿੱਠਾ ਵੀ ਤੁਹਾਡਾ ਕਰਦੇ ਹਾਂ, ਸਬਸਕ੍ਰਾਈਬ ਕਰ ਲਿਓ, ਸਬਸਕ੍ਰਾਈਬ ਵੀ ਕਰੋ ਅਤੇ ਮੂੰਹ ਮਿੱਠਾ ਵੀ ਤੁਹਾਡਾ ਕਰਾਉਂਦੇ ਹਾਂ, ਅਤੇ ਸਾਡੇ ਚੈਨਲ 'ਤੇ ਤੁਹਾਨੂੰ ਕੱਟਿਆਂ ਦੀ ਪੂਰੀ ਫਾਰਮੇਸ਼ਨ ਮਿਲੂਗੀ। ਡਾਕਟਰ ਯੂਸਫ ਸਾਹਿਬ ਬੈਠੇ ਹਨ, ਦਿਖਾ ਵੀ ਇਸ ਵਲੌਗ ਦੀ। ਡਾਕਟਰ ਯੂਸਫ ਸਾਹਿਬ ਜੀ ਸਾਡੇ ਬਜ਼ੁਰਗ ਆ ਜੀ, ਰੋਜ਼ਮਾਨ ਸਾਹਿਬ ਦੇ ਵਾਲਦ ਆ ਜੀ, ਅਤੇ ਸਾਡੇ ਬੜੇ ਪਿਆਰਲੇ ਜੀ ਆ ਜੀ, ਅਤੇ ਮੇਰੇ ਵਾਲਦ ਸਾਹਿਬ ਵੀ ਦਿਖਾ ਦਿੱਤੇ ਜੀ ਜੀ, ਮੇਰੇ ਵਾਲਦ ਸਾਹਿਬ ਬੈਠੇ ਆ ਜੀ, ਕੱਟੇ ਦੀਆਂ 4 ਲੱਤਾਂ ਹੁੰਦੀਆਂ 1 ਪੂੰਛ ਹੁੰਦੀ ਯਾਰ, ਤੇ ਫਾਰਮੇਸ਼ਨ ਦੇਣੀ ਹੈ ਵੀ ਇਹਨਾਂ ਨੂੰ ਕੀ ਖਵਾਉਣਾ ਕੀ ਪਿਆਣਾ, ਕਿਉਂ ਡਾਕਟਰ ਸਾਹਿਬ ਵੀ ਕੀ ਦਵਾਈ ਲੱਗਣੀ, ਵੱਡਾ ਕਿਹੜਾ ਜਮਾਣਾ ਵਾ, ਪੱਠੇ ਕਿਹੜੇ ਬਣਾਣੇ, ਕਿੱਦਾਂ ਵੰਡਾ ਬਣਾਣਾ, ਕੀ ਕੁਛ ਉਹ ਚ ਪੈਣਾ। ਹੁਣ ਜਿਵੇਂ ਅੱਜ ਅਸੀਂ ਉਹਨਾਂ ਦਵਾਈ ਪਿਲਾਈ ਆ ਪੇਟ ਸਾਫ ਕਰਨ ਵਾਲੀ, ਪਤਾ ਕਿਸੇ ਨੂੰ, ਉਹ ਮੈਂ ਦੱਸੂਗਾ, ਚਿੱਟੇ ਰੰਗ ਦੀ ਆ ਕਿਆ ਦੱਸਦਾ, ਹਾਂ ਇਹ ਗੱਲਾਂ ਆਮ ਨਹੀਂ ਲੱਭਦੀ, ਸਬਜ਼ੀ ਵਾਲਾ ਸਾਰਾ ਕੁਛ ਲੱਭੂ, ਸਾਰਾ ਕੁਛ ਲੱਭੂਗਾ, ਅਦਰਕ ਦਿਓ ਅੱਧਾ ਕਿਲੋ, ਅਦਰਕ ਵੀ ਬੀਜਾਂਗੇ, ਨਵੇਂ ਨਵੇਂ ਤਜਰਬੇ ਕਰਾਂਗੇ, ਜਿਹੜੀ ਸਬਜ਼ੀਆਂ ਇੱਥੇ ਨਹੀਂ ਹੁੰਦੀਆਂ ਉਹ ਵੀ ਬੀਜਾਂਗੇ, ਹਲਦੀ ਬੀਜਾਂਗੇ। ਅੱਜ ਮੈਂ ਰਾਣਾ ਸਾਹਿਬ ਤੁਸੀਂ ਅਗਲੇ ਦਿਨ ਕੀ ਬੀਜਿਆ? ਅਸੀਂ ਤੁਖ ਮਲੰਗਾ ਬੀਜਿਆ ਵਾ, ਸੌਂਫ ਬੀਜੀ ਆ, ਜਵੈਣ ਬੀਜੀ ਆ, ਜਿਹੜਾ ਵਾ ਤੁਖ ਮਲੰਗਾ, ਕਿੰਨੀ ਕੁ ਜਗ੍ਹਾ ਹੋਣੀ ਉਹ ਕੋਈ 80 ਕੁ ਫੁੱਟ ਦੀ ਇੱਕ ਖੇਡ ਸੀ, ਉਹਦੇ ਤੋਂ 7.5 ਕਿਲੋ ਨਿਕਲਿਆ। ਗੱਲ ਕਰ, ਇੱਦਾਂ ਦੇ ਤਜਰਬੇ ਅਸੀਂ ਤੁਹਾਨੂੰ ਕਰ ਕਰਕੇ ਦਿਖਾਵਾਂਗੇ, ਨਵੀਆਂ ਨਵੀਆਂ ਗੱਲਾਂ ਲੱਭਣਗੀਆਂ, ਤੇ ਹੁਣ ਤੁਹਾਨੂੰ ਨਵਾਂ ਗੀਤ ਸੁਣਾਉਂਦੇ ਹਾਂ। ਓਕੇ, ਆਏ ਮੈਂ ਸੁਣਾਉਂ, ਮੈਂ ਨਹੀਂ ਗਿਆ, ਗਵਈਆ ਸਾਡੇ ਕੋਲ ਬੈਠਾ,
ਚਲੋ ਜੀ ਕੋਈ ਆ ਸਰ ਨਵਾਂ ਗੀਤ ਮੈਂ ਮੂੰਹ ਨਾਲ ਢੋਲਕੀ ਵਜਾ ਦਿੰਦਾ ਹੋ ਕਿਵੇਂ ਦੱਸ ਕੱਤਾਂ ਪੂਣੀਆਂ ਵੇ ਮੈਨੂੰ ਪੂਣੀਆਂ ਚੋ ਦਿਸਦਾ ਏ ਤੂੰ ਕੱਤ ਦੀ ਨੂੰ ਆਉਂਦੀ ਸੰਗ ਵੇ ਤੂੰ ਹੱਸੇ ਜਾਣ ਜਾਣ ਵੇਖ ਮੇਰਾ ਮੂੰਹ ਹਾਏ ਮੈਨੂੰ ਛੇੜਦੀਆਂ ਭਾਬੀਆਂ ਵੇ ਦਿਲਾਂ ਦੀਆਂ ਚਾਬੀਆਂ ਵੇ ਫੇਰ ਉਸ ਥਾਂ ਤੋਂ ਝੱਟ ਨੱਚਦੀ ਹੌਲੀ ਹੌਲੀ ਬੁੱਲੀਆਂ ਚੋ ਤੇਰਾ ਨਾਮ ਲੈ ਕੇ ਫਿਰ ਉਸ ਪਲ ਬੁੱਲੀਆਂ ਨੂੰ ਕੱਸਦੀ ਵੇ ਰਣਵੀਰ ਕਰੇ ਵਾੜ ਵੇ ਮੇਰਾ ਕੰਬਿਆ ਪਿਆਏ ਲੂਨ ਨੂੰ ਦੱਸ ਕੱਤਾਂ ਪੂਣੀਆਂ ਮੈਨੂੰ ਪੂਣੀਆਂ ਚੋ ਦਿਸਦਾ ਏ ਤੂੰ ਤੈਨੂੰ ਆਉਂਦੀ ਸੰਗ ਵੇ ਤੂੰ ਹੱਸੇ ਜਾਣ ਜਾਣ ਵੇਖ ਮੇਰਾ ਮੂੰਹ ਹਾਂ ਤੇਰੇ ਆ ਖਿਆਲਾਂ ਚ ਖਿਆਲ ਮੇਰਾ ਖੋਇਆ ਮੇ ਤੋਂ ਰੁੱਸ ਗਏ ਨੇ ਤਕਲੇ ਦੇ ਤੰਦ ਵੇ ਤੇਰੇ ਬਾਰੇ ਸੋਚ ਸੋਚ ਕੰਬਣੀ ਜੀ ਛਿੜੀ ਜਾਵੇ ਜੁੜ ਗਏ ਨੇ ਮੇਰੇ ਬੱਤੀ ਤੰਦ ਵੇ ਤੇਰੇ ਬਾਰੇ ਸੋਚ ਸੋਚ ਕੰਬਣੀ ਜੀ ਛਿੜੀ ਜਾਵੇ ਜੁੜ ਗਏ ਨੇ ਮੇਰੇ ਬੱਤੀ ਤੰਦ ਵੇ ਕਾ ਤੂੰ ਇੰਨਾ ਤੰਗ ਕਰਦੇ ਹਾਏ ਆਪਣੀ ਹੀ ਜਿੰਦ ਜਾਣ ਨੂੰ ਹਾਏ ਕਿਵੇਂ ਦੱਸ ਕੱਤਾਂ ਪੂਣੀਆਂ ਮੈਨੂੰ ਪੂਣੀਆਂ ਚੋ ਦਿਸਦਾ ਏ ਤੂੰ ਰਾਤ ਹਲੀ ਇੱਥੇ ਆ ਸ਼ਾਮ 9 ਵਜੇ ਤੱਕ ਰਹਿਣਾ ਨੀ ਅਸੀਂ ਪਰੇਸ਼ਾਨ ਕੰਮ ਤਾਂ ਮੁੱਕ ਗਿਆ ਤੁਹਾਡੀ ਮਰਜ਼ੀ ਇੱਕ ਵਲੋਗ ਹੋਰ ਅੱਜ ਦਾ ਇਸ ਤੋਂ ਬਾਅਦ ਪੋਸਟ ਕਰਾਂਗੇ ਵੀ ਜ਼ਰੂਰ ਵੇਖਿਓ ਇਹ ਮੁਕਾਉਂਦੇ ਆਪਾਂ ਇੱਥੇ ਕਿਉਂਕਿ ਬੋਰ ਹੋ ਜਾਂਦੇ ਨਾ ਲੋਕ 20 ਮਿੰਟ ਟੱਪ ਜਾਂਦਾ ਆਂਦੇ ਵੀ ਹੁਣ ਖਿੱਚੀ ਜਾਣੇ ਵਲੌਗ ਨੂੰ ਲਾਸਟਿਕ ਤਰ੍ਹਾਂ ਖਿੱਚੀ ਜਾਂਦੇ ਵੀ ਉਹ ਸੱਪ ਕੱਢੋ ਵੀ ਹੈ ਗੱਲ ਸੁਣਾ ਅਗਲੇ ਵਲੌਗ 'ਚ ਕੁਛ ਹੋਰ ਤੁਹਾਨੂੰ ਮਿਲਦੇ ਆ ਫਿਰ ਰੱਬ ਰੱਖ